ਇੱਥੇ ਕੋਈ ਨਾ ਹੀ ਅਜੇ ਤੱਕ ਮਲਾਹ ਆਇਆ ਨਾ ਹੀ ਕੁਛ ਆ, ਖੁਦ ਬੇੜੀ ਚਲਾ ਕੇ ਅਸੀਂ ਪਾਰ ਜਾ ਰਹੇ ਹਾਂ। ਕਿਸ਼ਤੀ ਅਤੇ ਪਾਣੀ ਵਾਲਾ ਇਹ ਦ੍ਰਿਸ਼ ਤੁਹਾਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਹੋਵੇਗਾ, ਪਰ ਜਨਾਬ ਅਸੀਂ ਤੁਹਾਨੂੰ ਇਹ ਸੋਹਣਾ ਦ੍ਰਿਸ਼ ਦਿਖਾਉਣ ਲਈ ਖਬਰ ਨਹੀਂ ਦਿਖਾ ਰਹੇ, ਬਲਕਿ ਅਸੀਂ ਤਾਂ ਡਿਜੀਟਲ ਕਹੇ ਜਾਂਦੇ ਭਾਰਤ ਦੇਸ਼ ਅਤੇ ਖੁਸ਼ਹਾਲ ਕਹੇ ਜਾਂਦੇ ਪੰਜਾਬ ਦੀ ਹਾਲਤ ਦਿਖਾਉਣ ਜਾ ਰਹੇ ਹਾਂ। ਆਜ਼ਾਦੀ ਦੇ 70 ਸਾਲ ਬੀਤ ਚੁੱਕੇ ਨੇ, ਪਰ ਇਸ ਦੇ ਬਾਵਜੂਦ ਵੀ ਸਾਡੇ ਦੇਸ਼ ਦਾ ਜੋ ਹਾਲ ਹੈ ਉਸ ਨੂੰ ਵੇਖ ਕੇ ਇਹੀ ਲੱਗ ਰਿਹਾ ਕਿ ਅਸੀਂ ਅੱਜ ਵੀ ਗੁਲਾਮ ਹੀ ਹਾਂ, ਕਿਉਂਕਿ ਸਾਡੇ ਦੇਸ਼ ਵਿੱਚ ਅੱਜ ਵੀ ਅਜਿਹੇ ਪਿੰਡ ਨੇ ਜਿਹੜੇ ਬਰਸਾਤ ਤੋਂ ਬਾਅਦ ਟਾਪੂ ਬਣ ਜਾਂਦੇ ਨੇ, ਅਤੇ ਉਹਨਾਂ ਵਿੱਚੋਂ ਹੀ 8 ਪਿੰਡ ਨੇ ਮਕੌੜਾ ਪੱਤਣ ਰਾਵੀ ਦਰਿਆ ਪਾਰ ਦੇ, ਜਿੱਥੋਂ ਦੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਰਸਤੇ ਵਿੱਚ ਦਰਿਆ ਪੈਂਦਾ, ਅਤੇ ਜੇਕਰ ਸ਼ਹਿਰ ਤੋਂ ਕੋਈ ਵੀ ਸਮਾਨ ਲਿਆਉਣਾ ਹੋਵੇ ਤਾਂ ਇਸ ਦਰਿਆ ਨੂੰ ਪਾਰ ਕਰਨਾ ਪੈਂਦਾ। ਵੱਡੀ ਮੁਸ਼ਕਿਲ ਇਹ ਹੈ ਕਿ ਇਸ ਦਰਿਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਪੁਲ ਨਹੀਂ ਹੈ, ਆਰਜ਼ੀ ਪੁਲ ਸੀ ਪਰ ਉਹ ਵੀ ਹਟਾ ਲਿਆ ਗਿਆ, ਅਤੇ ਹੁਣ ਇੱਕ ਵੱਡੀ ਕਿਸ਼ਤੀ ਰੱਖੀ ਹੋਈ ਹੈ। ਕਿਸ਼ਤੀ ਤਾਂ ਹੈ ਪਰ ਕਿਸ਼ਤੀ ਨੂੰ ਚਲਾਉਣ ਵਾਲਾ ਮਲਾਹ ਨਹੀਂ ਹੈ। ਕਹਿੰਦੇ ਨੇ ਕਿ ਜੇ ਮਲਾਹ ਮਾੜਾ ਹੋਵੇ ਤਾਂ ਕਿਸ਼ਤੀ ਡੁਬੋ ਦਿੰਦਾ, ਪਰ ਜਨਾਬ ਜਿਸ ਕਿਸ਼ਤੀ ਦਾ ਮਲਾਹ ਹੀ ਨਾ ਹੋਵੇ ਉਸ ਕਿਸ਼ਤੀ ਦਾ ਤਾਂ ਫਿਰ ਪਹਿਲਾਂ ਤੋਂ ਹੀ ਰੱਬ ਰੱਖ ਹੈ। ਲੋਕਾਂ ਨੇ ਕੋਈ ਵੀ ਚੀਜ਼ ਲੈਣ ਲਈ ਸ਼ਹਿਰ ਜਾਣਾ ਹੋਵੇ ਤਾਂ ਆਪ ਕਿਸ਼ਤੀ ਚਲਾ ਕੇ ਸ਼ਹਿਰ ਜਾਣਾ ਪੈਂਦਾ, ਇਹ ਭਾਵੇਂ ਕੋਈ ਬਜ਼ੁਰਗ ਹੋਵੇ, ਜਵਾਨ ਹੋਵੇ ਜਾਂ ਫਿਰ ਕੋਈ ਬੱਚਾ। ਕਿਸ਼ਤੀ ਚਲਾਉਣ ਵਾਲੇ ਇਹਨਾਂ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ। ਪ੍ਰਿਆਲ ਪਿੰਡ ਚੱਲੇ ਡਿਓ ਪਰ ਪੁੱਲ ਦੇ ਕਰ ਮੁਸ਼ਕਿਲ ਆਉਂਦੀ ਕਿ ਨਾ ਤਾਂ ਇੱਧਰੋਂ ਕੋਈ ਜਾ ਸਕਦਾ, ਜਦੋਂ ਬੇੜੀ ਆਪਣੇ ਲੋਕ ਪਾਣਗੇ ਤੇ ਆਉਣਗੇ, ਜੇ ਨਹੀਂ ਪੈਂਦੀ ਤਾਂ ਫਿਰ ਕੋਈ ਵੀ ਨਹੀਂ ਆਉਂਦਾ ਨਾ ਕੋਈ ਜਾਂਦਾ। 8 ਪਿੰਡ 3 ਦਿਨ ਹੋ ਗਏ, ਜੇ ਬੇੜੀ ਪੈ ਗਈ ਤਾਂ ਉਹ ਆਉਣਗੇ, ਅਦਰਵਾਈਜ਼ ਉਹ ਨਹੀਂ ਆ ਸਕਦੇ। ਬਹੁਤ ਕੀ ਮੁਸ਼ਕਿਲ ਹੈ ਕਿ ਜੇ ਬੇੜੀ ਪਏਗੀ ਤਾਂ ਉਹ ਆਉਣਗੇ, ਕਈ ਮਰੀਜ਼ ਹੈ ਜੋ ਇੱਦਾਂ ਹੀ ਵਿਚਾਰੇ ਇਲਾਜ ਨਹੀਂ ਕਰਾਉਣ ਆ ਸਕਦੇ ਆਪਣਾ। ਖਾਣ ਪੀਣ ਦੀ ਵੀ ਕਾਫੀ ਟਾਈਮ ਆਉਂਦੀ, ਕੋਈ ਸਬਜ਼ੀ ਲੈਣ ਜਿਨ ਬਾਹਰ ਆਉਣਾ ਤੇ ਉਹ ਆ ਹੀ ਨਹੀਂ ਸਕਦਾ, ਬੇੜੀ ਨਹੀਂ ਪਏ। ਅਸੀਂ ਇੱਕ ਸਰਕਾਰ ਤੋਂ ਇਹ ਮੰਗ ਕਰਦੇ ਜਲਦੀ ਜਲਦੀ ਪੁੱਲ ਪੈ ਜੇ, ਜੋ ਪੁੱਲ ਚੁੱਕੇ ਆ ਟਾਪੂ ਟਾਈਪ ਹੀ ਰਹਿ ਜਾਂਦਾ ਵਾ, ਪਾਕਿਸਤਾਨ ਵਾਲੇ ਸਾਈਡ ਹੀ ਚੱਲ ਜਾਂਦਾ ਵਾ, ਇੱਕ ਤਰੀਕੇ ਨਾਲ ਹਿੰਦੁਸਤਾਨ ਅਲੱਗ ਹੋ ਜਾਂਦਾ, ਇਸ ਟਾਈਪ ਦਾ ਹੋ ਜਾਂਦਾ। ਸਿਰਫ ਇਹੀ ਨਹੀਂ, ਇਲਾਕੇ ਦਾ ਹਰ ਬੰਦਾ ਸਰਕਾਰ ਦੀ ਇਸ ਅਣਗਹਿਲੀ ਤੋਂ ਦੁਖੀ ਹੈ ਅਤੇ ਆਪਣੇ ਲਈ ਸਹੂਲਤ ਦੀ ਮੰਗ ਕਰ ਰਹੇ ਨੇ। ਪੁੱਲ ਪੁੱਟਿਆ ਸਾਡਾ, ਇੱਥੇ ਕੋਈ ਨਾ ਹੀ ਅਜੇ ਤੱਕ ਮਲਾਹ ਆਇਆ ਨਾ ਹੀ ਕੁਛ ਆ, ਖੁਦ ਬੇੜੀ ਚਲਾ ਕੇ ਅਸੀਂ ਪਾਰ ਜਾ ਰਹੇ ਹਾਂ, ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਮਦਦ ਦੀ ਗੁਹਾਰ ਨਹੀਂ ਹੋ ਰਹੀ। ਇੱਧਰ ਸਾਨੂੰ 7-3 ਦਿਨ ਹੋ ਗਿਆ ਲਗਾਤਾਰ ਪੁੱਲ ਪਟੋਏ ਦੇ, ਇਸਦੇ ਬੇੜੀ ਆਪ ਹੀ ਲੈ ਕੇ ਜਾ ਰਹੇ ਹਾਂ, ਧੁੱਪ 'ਚ ਸਾਡੇ ਨਾਲ ਬੱਚੇ ਆ, ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਇੱਧਰ। ਅਤੇ ਦੂਸਰੇ ਮਿਲੇ ਆ ਸਾਰਿਆਂ ਨੂੰ ਪਰ ਕੋਈ ਵੀ ਇਸਲੇ ਸਾਡੀ ਮੰਗ ਪੂਰੀ ਨਹੀਂ ਕਰ ਰਿਹਾ, ਸਾਨੂੰ ਲੱਕੜ ਵਾਲੀ ਬੇੜੀ ਦੀ ਜ਼ਰੂਰਤ ਹੈ, ਇਸ ਲੋਹੇ ਵਾਲੀ ਬੇੜੀ ਬਿਲਕੁਲ ਬੇਕਾਰ ਆ, ਇਸਲੇ ਜਦੋਂ ਥੋੜ੍ਹਾ ਜ਼ਿਆਦਾ ਪਾਣੀ ਆ ਗਿਆ ਤਾਂ ਬਿਲਕੁਲ ਕੰਡਮ ਹੋਈ ਨਹੀਂ, ਬੇੜੀ ਚੱਲਣੀ ਨਹੀਂ ਪਾਣੀ 'ਚ, ਸਾਨੂੰ ਇਸ ਕਰਕੇ ਲੱਕੜ ਵਾਲੀ ਬੇੜੀ ਚਾਹੀਦੀ ਹੈ ਜੀ। ਪਿੰਡ 8 ਪਿੰਡ ਹੈ ਜੀ, ਇਹ ਟਾਪੂ 8 ਪਿੰਡਾਂ ਦਾ ਜੀ, ਸਾਨੂੰ ਹੋਰ ਕਿਸੇ ਬੰਨੇ ਵੀ ਸਹੂਲਤ ਨਹੀਂ ਹੈ, ਸਿਰਫ ਇਹੋ ਹੀ ਆਉਣ ਜਾਣ ਦਾ ਸਾਧਨ ਹੈ ਇੱਧਰੋਂ ਸਾਨੂੰ ਜੀ, ਨਾ ਕੋਈ ਮਲਾਹ ਦਿੱਤਾ ਜਾ ਰਿਹਾ ਸਾਨੂੰ ਇੱਥੇ, ਨਾ ਕੁਛ, ਖੁਦ ਬੇੜੀ ਚਲਾ ਕੇ ਆਪ ਜਾ ਰਹੇ ਹਾਂ, ਤੁਹਾਡੇ ਸਾਹਮਣੇ ਦੇਖਿਓ ਹੁਣੇ ਜਾਣਾ ਚਲਾ ਕੇ। ਮੁਸ਼ਕਿਲ ਸਰ ਇਹ ਦਰਿਆ ਦੀ ਬਹੁਤ ਪ੍ਰੋਬਲਮ, ਵੱਡੀ ਪ੍ਰੋਬਲਮ ਦਰਿਆ ਦੀ ਹੈ ਜੀ, ਇੱਥੇ ਬੱਚਿਆਂ ਦਾ ਬਹੁਤ ਮੁਸ਼ਕਿਲ ਹੈ, ਐਮਰਜੈਂਸੀ ਕੋਈ ਕੰਮ ਕੋਈ ਵੀ ਇੱਥੇ ਐਮਰਜੈਂਸੀ ਕੰਮ ਨਹੀਂ ਹੋ ਸਕਦਾ, ਕਈ ਮੌਤਾਂ ਹੋ ਸਕੀਆਂ ਨੇ ਇੱਥੇ, ਅਤੇ ਬਹੁਤ ਪ੍ਰੋਬਲਮ ਆ ਰਹੀ ਹੈ। 8 ਪਿੰਡਾਂ ਨੂੰ ਪ੍ਰੋਬਲਮ ਆ ਜੀ, ਲੰਘਣ ਵਾਸਤੇ ਜੀ ਲੋਕਲ ਬੰਦੇ ਆਪ ਕਿਸ਼ਤੀ ਚਲਾ ਰਹੇ ਨੇ ਜੀ, ਸਰਕਾਰ ਵੱਲੋਂ ਇੱਥੇ ਬਸ ਇਹ ਬੇੜੀ ਦੀ ਸਹੂਲਤ ਹੈ, ਹੋਰ ਕੁਛ ਨਹੀਂ ਹੈ ਜੀ।
ਕਿਸ਼ਤੀ ਦੀ ਸਹੂਲਤ ਹੈ, ਇਸ ਤੋਂ ਇਲਾਵਾ ਕੋਈ ਸਹੂਲਤ ਨਹੀਂ। ਬਹੁਤ ਔਖਾ ਜੀ, ਬਹੁਤ ਔਖਾ ਕੰਮ ਹੈ ਜੀ। ਅਜੇ ਤਾਂ ਪਾਣੀ ਨਹੀਂ, ਜਿਹੜੇ ਬਾਰਿਸ਼ ਸ਼ੁਰੂ ਹੋ ਗਈ ਤਾਂ ਫਿਰ ਤਾਂ ਪੂਰਾ ਭਰਿਆ ਹੋਣਾ। ਬੱਚਿਆਂ ਵਾਸਤੇ ਤਾਂ ਬਹੁਤ ਦਿੱਕਤ ਹੈ। ਅੱਗੇ ਇੱਕ ਸਕੂਲ ਹੈ ਮਿਡਲ ਸਕੂਲ ਭਰਿਆਲ ਵਿੱਚ, ਇਹ ਅਕਤੂਬਰ ਮਹੀਨੇ ਤੱਕ ਚੁੱਕੇ ਰਹਿਣਾ ਜੀ। ਅਤੇ ਜੂਨ ਅੱਜ ਕਿੰਨੀ ਤਰੀਕ, 25 ਤਰੀਕ ਤੋਂ ਸਭ ਨੇ ਚੁੱਕੇ ਗਿਆ ਜੀ। ਦਿੱਕਤ ਸਾਨੂੰ ਦੇਖ ਲਓ ਤੁਸੀਂ, ਕਿਹੜਾ ਸਾਡਾ ਟਾਈਮ ਕਿੱਦਾਂ ਅਸੀਂ ਆਇਆ ਕਰਨਾ। ਸਾਨੂੰ ਪੁੱਲ ਚਾਹੀਦਾ, ਬੱਜਣਾ ਪੱਕਾ। ਇਹ ਪੁੱਲ ਹੋ ਗਿਆ 2-3 ਦਿਨ ਹੋ ਗਿਆ ਚੁੱਕਾਉਂਦਾ। ਆਉਂਦੇ ਹਾਂ ਪੁੱਤਰ ਅਸੀਂ ਬੇੜੀ 'ਤੇ, ਜੇ ਕੁਛ ਵਾ ਪਾਣੀ ਜ਼ਿਆਦਾ ਹੈ ਤਾਂ ਬੇੜੀ ਵੀ ਨਹੀਂ ਪੈਂਦੀ, ਫਿਰ ਗੁਜ਼ਾਰਾ ਵੀ ਬਿਮਾਰ ਵੀ ਹੋ ਜਾਵੇ ਤਾਂ ਮੁਸ਼ਕਲ। ਕੋਈ ਨਹੀਂ ਨਾ, ਡਾਕਟਰ ਨਾ ਦੋ, ਉਹ ਵੀ ਫਿਰ ਹੋ ਜਾਵੇ ਥੋੜ੍ਹੇ ਨੇ, ਜਿਹੋ ਜਿਹੇ ਭਾਰ ਨੇ ਇਹੋ ਜਿਹੇ ਜਿਹਨਾਂ ਦੀ ਗਰੀਬ ਕੀਤੀ। ਮੰਗ ਅਸੀਂ ਆਉਂਦੇ ਫਿਰ ਸਾਡਾ ਪੱਕਾ ਪੁੱਲ ਵੱਜੇ। ਜਦੋਂ ਇਸ ਸੰਬੰਧੀ ਸਾਡੀ ਟੀਮ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਇਹ ਪੁਲ ਉਠਾ ਲਿਆ ਜਾਂਦਾ ਅਤੇ ਕਿਸ਼ਤੀ ਦਾ ਪ੍ਰਬੰਧ ਕੀਤਾ ਜਾਂਦਾ। SDM ਸਾਹਿਬ ਦੇ ਮੁਤਾਬਕ ਕਿਸ਼ਤੀ ਚਲਾਉਣ ਲਈ 2 ਮਲਾਹ ਲਗਾਏ ਗਏ ਨੇ, ਪਰ ਉਹ ਮਲਾਹ ਹੈ ਕਿੱਥੇ ਇਹ ਸਾਹਿਬ ਨੂੰ ਵੀ ਨਹੀਂ ਪਤਾ। ਪਰ ਇੰਨਾ ਜ਼ਰੂਰ ਹੈ ਕਿ ਆਮ ਬਿਆਨਾਂ ਦੇ ਵਾਂਗੂ ਇੱਥੇ ਵੀ ਅਫਸਰ ਸਾਹਿਬ ਨੇ ਉਹੀ ਬਿਆਨ ਦੇ ਦਿੱਤਾ ਕਿ ਪੁਲ ਦੇ ਲਈ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸ਼ਾਇਦ ਇਹ ਮੀਟਿੰਗਾਂ ਆਜ਼ਾਦੀ ਦੇ 100 ਸਾਲਾਂ ਤੱਕ ਵੀ ਚੱਲਦੀਆਂ ਰਹਿਣਗੀਆਂ। ਤੁਸੀਂ ਵੀ ਸੁਣੋ ਸਾਹਿਬ ਦਾ ਇਹ ਬਿਆਨ। ਮਕੌੜਾ ਪੱਤਣ ਦਾ ਪੁੱਲ ਜਿਹੜਾ 15 ਜੂਨ ਤੱਕ ਸੀ, ਉਹ ਖਤਮ ਸੀ ਉਹਦਾ, ਉਸ ਤੋਂ 10 ਦਿਨ ਬਾਅਦ 'ਚ ਹੀ ਚੁੱਕਿਆ ਗਿਆ। ਹੁਣ ਕਿਸ਼ਤੀ ਵਗੈਰਾ ਚੱਲ ਰਹੀ ਹੈ ਉੱਤੇ, ਜਿਹੜਾ ਹੈਗਾ ਉਹਨਾਂ ਦੇ ਬੰਦੇ ਰੱਖੇ ਹੋਏ, ਉਹ ਆ ਜਾ ਰਹੇ, ਠੀਕ ਹੈ, ਚੱਲ ਰਿਹਾ ਕੰਮ। ਉਹ ਚੈੱਕ ਕਰ ਲੈਂਦੇ ਹਾਂ, ਅੱਜ PWD ਵਾਲਿਆਂ ਨੂੰ ਮੈਂ ਬੁਲਾਇਆ ਹੋਇਆ ਸੰਬੰਧਿਤ ਡਿਪਾਰਟਮੈਂਟ ਨੂੰ, ਉਹ ਚੈੱਕ ਕਰ ਲੈਂਦੇ ਹਾਂ ਕੀ ਪ੍ਰੋਬਲਮ ਹੈਗੀ, ਉਹ ਕਰ ਦਿਆਂਗੇ, ਸੈੱਟ ਕਰ ਦਿੰਦੇ ਹਾਂ। ਇਹਦੇ 'ਚ ਕਿਸ਼ਤੀ, ਇੱਕ ਕਿਸ਼ਤੀ ਵੱਡੀ ਹੈਗੀ ਹੈ, 25-30 ਬੰਦੇ ਉਹ 'ਚ ਆ ਜਾਂਦੇ ਆ। ਹੁਣ ਦੂਜੀ ਕਿਸ਼ਤੀ ਵਾਸਤੇ ਕੋਈ ਅਜੇ ਫੰਡ ਵਗੈਰਾ ਤਾਂ ਹੈ ਨਹੀਂ ਇਹਨਾਂ ਨੂੰ ਕਰਨ ਵਾਸਤੇ, ਬਾਕੀ ਜੋ ਵੀ ਹੋ ਸਕਦਾ ਉਹ ਕਰਾਂਗੇ। ਅੱਜ ਦੇਖਦੇ ਹਾਂ, ਡਿਪਾਰਟਮੈਂਟ ਵਾਲੇ ਬੁਲਾਏ ਹੋਏ ਆ, ਉਹ ਆਪਾਂ ਦੇਖ ਕੇ ਫਿਰ ਜੋ ਵੀ ਹੋਏਗਾ ਕਰਾਂਗੇ। ਪੁੱਲ ਦੀ ਸਰਕਾਰ ਲੈਵਲ 'ਤੇ ਹੀ ਪੈਂਡਿੰਗ ਹੈ, ਪਤਾ ਨਹੀਂ ਕਿਸ ਸਟੇਜ 'ਤੇ ਹੈਗਾ, ਚੱਲ ਰਿਹਾ ਵੈਸੇ। ਹਾਂ, ਯਾਤਰੀਆਂ ਵਾਸਤੇ ਆਪਾਂ ਦੋਨੋਂ ਸਾਈਡ ਦੇ ਟੈਂਟ ਵਗੈਰਾ ਦੀ ਕਰ ਰਹੇ ਹਾਂ, ਅੱਜ ਦੋਨੋਂ ਪਾਸੇ ਟੈਂਟ ਲੱਗ ਜਾਂਦੇ, ਉਹਨਾਂ ਨੂੰ ਵੇਟ ਕਰਨੀ ਜੇ ਪੈਂਦੀ ਆ। ਉੱਥੇ ਪਾਣੀ ਦਾ ਵੀ ਅਰੇਂਜਮੈਂਟ ਵੀ ਕਰਾਂਗੇ, ਅਤੇ ਕੋਈ ਹੈਲਥ ਫੈਸਿਲਿਟੀ ਵੀ ਕਹਿੰਦੇ ਉੱਥੇ ਨਹੀਂ ਹੈ ਪਤਾ ਲੱਗਾ, ਉਹ ਵੀ ਜਿਹੜੇ ਪਿੰਡ ਦੂਜੇ ਸਾਈਡ ਦੇ ਉਹ ਵੀ ਆਪਾਂ ਕਰ ਰਹੇ ਹਾਂ। CM ਨੂੰ ਬੁਲਾਇਆ ਹੋਇਆ ਅੱਜ, 4 ਜਣੇ ਲੱਗੇ ਹੋਏ ਆ, ਕੰਮ ਕਰ ਰਹੇ ਆ, ਉਹ ਦੇਖਦੇ ਹਾਂ। ਅੱਜ ਮੀਟਿੰਗ ਹੈਗੀ ਆ, ਬੁਲਾਈ ਹੋਈ ਆ, ਦੇਖਦੇ ਹਾਂ ਜੇ ਹੋਰ ਕੋਈ ਹੋ ਸਕਦੀ ਹੈ ਕਿਤੋਂ, ਜੇ ਕਿਤੇ ਹੈ ਤਾਂ ਉਹ ਵੀ ਇੱਧਰ ਸ਼ਿਫਟ ਕਰ ਦਿਆਂਗੇ, ਕਰਵਾ ਦਿੰਦੇ ਹਾਂ। ਖੈਰ, ਇਹਨਾਂ ਪਿੰਡਾਂ ਦੇ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਕਦੋਂ ਕੁ ਰਾਹਤ ਮਿਲੇਗੀ ਇਹ ਵੇਖਣ ਵਾਲੀ ਗੱਲ ਰਹੇਗੀ। ਪਰ ਇੰਨਾ ਜ਼ਰੂਰ ਹੈ ਕਿ ਲੀਡਰਾਂ ਵੱਲੋਂ ਆਜ਼ਾਦੀ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਹਰ ਸਹੂਲਤਾਂ ਲਈ ਵਾਅਦੇ ਦਾਅਵੇ ਕੀਤੇ ਜਾਂਦੇ ਰਹੇ ਨੇ, ਪਰ ਕੋਈ ਪੂਰਾ ਹੋਇਆ ਹੋਵੇ ਉਹ ਕੋਈ ਕਿਸਮਤ ਵਾਲਾ ਹੀ ਹੈ ਜਿਨ੍ਹਾਂ ਨੂੰ ਸਹੂਲਤ ਨਸੀਬ ਹੋਈ ਹੋਵੇ। ਗੁਰਦਾਸਪੁਰ ਤੋਂ ਰਵੀ ਕੁਮਾਰ, ਪੰਜਾਬੀ ਲੋਕ ਚੈਨਲ।